बिस्मिल्लाहिर्रहमानिर्रहीम अस्सलाम वालेकुम जी। वेलकम कर दिया अपने चैनल से भी कर दिया जी। सरपंच भाई ठीक ठाक होंगे? अलहमदुलिल्लाह जी मैं ठीक हाँ। हाँ जी, सुबह दे टाइम आते बच्चे वास्ते हम नाश्ता बनाना, नमाज कुरान पाक कर लिया। हाँ जी, नमाज पढ़ने तो पहले ही आटा वगैरह मैं गुन के रखी सी, उदों बच्चे नहीं सी उठे ते नहीं कर सकदे सी, कैमरामैन वाला कोई नहीं सी, हुण बच्चे उठे रहे इस वास्ते वीडियो के नाल जुड़े रहो। वीडियो का कोई हिस्सा भी स्किप ना करे, बहुत अच्छी ते मज़े की वीडियो। आज संडे रूटीन तुहानू शेयर करांगे। बाकी अपनी दुआवां च याद रखियो जी, ते चैनल नू लाइक सबसक्राइब करना ते बिल्कुल भी ना भुल्यो। हाँ जी, संडे है ना, तो बच्चों ने वैसे भी छुट्टियां हो गई हूँ, तो हम सारा दिन फरमायशी प्रोग्राम चलिया करना। अच्छा सू आ बना दियो, सू आ बना दियो, बच्चों ही रौनक होंगे घर से। बिस्मिल्लाहिर्रहमानिर्रहीम।
तो खा रहे दोनों बहन भाई। بسم الله الرحمن الرحيم اذا كبر ده يتري بسم الله الرحمن الرحيم بسم الرحمن الرحيم चल बस में चल चल आठ रोटी खा के आ हां अब आलियन किधर गया ये सीढ़ियां तो बहुत ज्यादा ही गंद इकट्ठा होया से इसने सेट करा लो सारी सीढ़ी टूटी हुई है देखो बहुत ज्यादा खौफ होता है जब बच्चे ऊपर चढ़ दे बर्तन लगे तो मना ले जी
ਹਾਂਜੀ ਧੀ ਇਹਦੀ ਸਿੰਕ ਦੀ ਟੂਟੀ ਖਰਾਬ ਆ, ਇਸ ਵਾਸਤੇ ਫਿਰ ਬਰਤਨਾਂ 'ਚ ਭਾਂਡੇ ਰੱਖ ਪਾਣੀ ਰੱਖ ਕੇ ਅਤੇ ਭਾਂਡੇ ਧੋਣੇ ਪੈਂਦੇ। ਬਹੁਤ ਮਸਾਇਲ ਵੀ ਇਸ ਮਕਾਨ ਦੇ, ਸਿਰਫ ਇਸ ਵਜ੍ਹਾ ਤੋਂ ਅਟਕੀ ਹੋਈਆਂ ਹੈ ਜੀ ਮਕਾਨ, ਅਤੇ ਫੈਮਿਲੀ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਨਾ ਈਜ਼ੀ ਹੋ ਜਾਂਦਾ ਸਾਰਾ ਕੰਮ ਸਾਰਿਆਂ ਦਾ ਰਹਿਣਾ, ਅਤੇ ਮੁਸ਼ਕਲ ਸੀ। ਇੱਥੋਂ ਟੂਟੀ ਖਰਾਬ ਆ, ਪਾਣੀ ਲੱਗਦਾ ਬਰਤਨ 'ਚ ਰੱਖਣਾ ਪੈਂਦਾ, ਉਹ ਤੋਂ ਬਾਅਦ ਬਾਹਰ ਜਾ ਕੇ ਪਾਣੀ ਬਰਤਨ ਧੋਣ ਵਾਲਾ ਕੱਢਣਾ, ਫਿਰ ਵਾਸ਼ਰੂਮ ਧੋਵੋ। ਸਭ ਤੋਂ ਮੇਨ ਮਸਲਾ ਇਹ ਕਿ ਪਾਣੀ ਵਾਸ਼ਰੂਮ 'ਤੇ ਜਾ ਕੇ ਕੱਢਣਾ ਪੈਂਦਾ, ਫਿਰ ਵਾਸ਼ਰੂਮ ਦੁਬਾਰਾ ਦੁਬਾਰਾ ਧੋਣਾ ਪੈਂਦਾ ਸਾਨੂੰ। ਹਾਂਜੀ ਦੇਖ ਸਕਦੇ ਤੁਸੀਂ ਕਿ ਸੀਨ ਮੇਰਾ ਕਾਫੀ ਨਾ ਨੀਵਾਂ ਆ ਸਰੋੜ ਨਾਲ, ਇਸ ਵਜ੍ਹਾ ਤੋਂ ਬਹੁਤ ਸਾਰਾ ਨਾ ਗੰਦ ਗੁੰਦ ਡੇਲੀ ਮੈਨੂੰ ਵੈਪਰ ਮਾਰਨਾ ਪੈਂਦਾ ਇੱਥੇ, ਅਤੇ ਆਉਣ ਜਾਣ ਵਾਲੇ ਜਦੋਂ ਆਉਂਦੇ ਨਾ ਬਾਹਰੋਂ ਮਿੱਟੀ ਲੈ ਕੇ ਸਾਰੀ ਆਉਂਦੇ 'ਚ, ਇਸ ਤੋਂ ਫਿਰ ਡੇਲੀ ਵੈਪਰ ਮਾਰਨਾ ਪੈਂਦਾ ਜੀ, ਇੱਥੇ ਫਿਰ ਪਾਣੀ ਕੱਢਣਾ ਪੈਂਦਾ, ਬਹੁਤ ਮੁਸ਼ਕਲਾਂ ਹੋ ਜਾਂਦੀ ਹੈ। ਹਾਂਜੀ ਦੱਸਿਓ ਅੱਜ ਦਾ ਵਲੋਗ ਤੁਹਾਨੂੰ ਕਿੱਦਾਂ ਦਾ ਲੱਗਾ, ਆਪਣੀਆਂ ਦੁਆਵਾਂ 'ਚ ਯਾਦ ਰੱਖਿਓ, ਅਤੇ ਬੁਸ਼ਰਾ ਦੀਆਂ ਤਾਂ ਹਮੇਸ਼ਾ ਹੀ ਦੁਆਵਾਂ ਤੁਹਾਡੇ ਨਾਲ ਨੇ। ਉਮੀਦ ਕਰਦੀ ਹਾਂ ਜੀ ਮੇਰਾ ਵਲੋਗ ਤੁਹਾਨੂੰ ਪਸੰਦ ਆਏਗਾ, ਅਤੇ ਅੱਜ ਦੇ ਵਲੋਗ ਦੇ ਵਿੱਚ ਝਾੜੂ ਪੋਚਾ ਚਾਹੁੰਦੀ ਹਾਂ। ਹਲੇ ਕਾਫੀ ਸਾਰੇ ਕੰਮ ਆ, ਹਜੇ ਸੁਬੋ ਦੀ ਝਾੜੂ ਪੋਚਾ ਹੋ ਗਿਆ, ਬਰਤਨ ਬੁਰਤਨ ਸਾਰਾ ਕੁਛ ਹੋ ਗਿਆ, ਥੋੜ੍ਹੀ ਦੇਰ ਰੈਸਟ ਕਰਕੇ ਦੁਪਹਿਰ ਦੇ ਕੰਮ ਸਟਾਰਟ ਕਰਾਂਗੇ ਕਿਉਂਕਿ ਹੁਣ ਬੱਚਿਆਂ ਨੂੰ ਛੁੱਟੀਆਂ ਕੰਮ 'ਤੇ। ਅਤੇ ਬਾਕੀ ਜੀ ਇਜਾਜ਼ਤ ਦਿਓ, ਅੱਲਾ ਹਾਫਿਜ਼।